ਮੇਰੇ ਮਾਸੇ ਹੀ ਰਹਿੰਦੀ ਸੀ ਨਾ ਬਲਵੀਰ ਕੌਰ ਬਲਵੀਰ ਕਿੱਥੋਂ ਦੇ ਰਹਿਣ ਵਾਲੇ ਬੁੱਕਣ ਵਾਲੇ ਕੀ ਹੋਇਆ ਜਿਹੜਾ ਮੁੰਡਾ ਸਾਡਾ ਸੀਗਾ ਹਾਂਜੀ ਮੇਰਾ ਮੁੰਡਾ ਸੀ ਉਹ ਗਿਆ ਜਲਾਲਾਬਾਦ ਉਹਨੂੰ ਲੈਣ ਆਉਂਦੇ ਘਰ ਵਾਲੀ ਨੂੰ ਉਹਦੇ ਘਰ ਵਾਲੀ ਆਉਂਦੀ ਨਹੀਂ ਸੋ ਮਿੰਤਾ ਤਰਲੇ ਕਰਕੇ ਰੋ ਰੂ ਕੇ ਕਹਿੰਦਾ ਮੇਰੀ ਛੋਟੀ ਜੀ ਬੇਟੀ ਹੈ ਤੇ ਤੂੰ ਘਰੇ ਆ ਜਾ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ ਰੋਂਦਾ ਸੀ ਉਹਨੂੰ ਲੈਣ ਗਿਆ ਉਹਨੇ ਆਪਦੇ ਭਰਾ ਮੰਗਾ ਕੇ ਕਾਕੂ ਵਾਲਿਓ ਸਾਰੇ ਇਕੱਠੇ ਕਰਕੇ ਮਾਮੇ ਮੂਮੇ ਉਹਨੇ ਮੇਰਾ ਮੁੰਡਾ ਮਰਵਾਤਾ 3 ਸਾਲ ਘਰ ਵਾਲੀ ਉੱਥੇ ਹੀ ਹੈ ਉਹਨੇ ਮੁੰਡਾ ਮਰਵਾਤਾ ਆਪ ਹਸਪੀਟਲ 'ਚ ਬੈਠੀ ਹੈ ਲੱਤ 'ਤੇ ਪੱਟੀ ਲਵਾ ਉੱਥੇ ਹੀ ਉਹਨੂੰ ਲੈਣ ਗਿਆ ਸੀ ਆਪਦੇ ਘਰ ਵਾਲੇ ਨੂੰ ਲੈਣ ਗਿਆ ਸੀ ਕਹਿੰਦੀ ਮੈਂ ਤਲਾਕ ਦੇਣਾ ਹੈ ਉਹ ਆਉਂਦਾ ਉਹ ਕਹਿੰਦਾ ਕੀ ਆਉਂਦਾ ਉਹ ਆਂਦਾ ਵੀ ਮੈਂ ਨਹੀਂ ਘਰ ਜਾੜਦਾ ਆਪਦਾ ਕੋਈ ਰੋਲਾ ਨਹੀਂ ਚੱਲਦਾ ਸੀ ਤਲਾਕ ਆਂਦੀ ਮੈਂ ਨਹੀਂ ਰਹਿਣਾ ਉੱਥੇ ਹਾਂ ਉੱਥੇ ਰਹਿੰਦੀ ਜਿੱਥੇ ਜਲਾਲਾਬਾਦ ਉੱਥੇ ਚਿੱਟੇ ਦਾ ਕੰਮ ਚੱਲਦਾ ਉੱਥੇ ਖਾਂਦੀ ਸੀ ਪੀਂਦੀ ਸੀ ਮੇਰੇ ਮੁੰਡੇ ਨੂੰ ਨਾਲ ਉਹਨੇ ਖਰਾਬ ਕਰਤਾ ਹਾਂ ਉਹਨੇ ਖਰਾਬ ਕਰਤਾ ਮੇਰੇ ਮੁੰਡੇ ਕੁੱਟ ਕੁੱਟ ਕੇ ਨਾ ਕੁੱਟ ਮਾਰ ਕੇ ਨਾ ਤੇ ਉਹਨੇ ਕੋਠੇ ਦੇ ਉੱਤੋਂ ਸੁੱਟ ਦਿੱਤਾ ਮਾਰ ਕੇ ਕੋਠੇ ਦੇ ਉੱਤੋਂ ਸੁੱਟਤਾ ਹਾਂ ਉੱਥੇ ਹੁਣ ਇਕੱਲਾ ਸੀ ਇਕੱਲੇ ਨੂੰ ਪੈ ਗਏ ਸਾਰੇ ਜਣੇ ਉਹ ਤਾਂ ਲੈਣ ਗਿਆ ਸੀ ਹਾਂ ਉਹਦੀ ਮੌਤ ਹੋ ਗਈ ਦਾਖਲ ਰੱਖਿਆ ਮੇਰਾ 2 ਲੱਖ ਰੁਪਈਆ ਲੱਗ ਗਿਆ ਗਰੀਬਣੀ ਦਾ ਮੰਗ ਮੰਗ ਕੇ ਕਿਤੋਂ ਠੱਗ ਠੱਗ ਕੇ ਮੈਂ ਆਪਦਾ ਮੁੰਡਾ ਹਾਂ ਮੈਂ ਆਖਾਂ ਬਾਜੂਗਾ ਲਖਜਿੰਦਰ ਉਮਰ ਉਹਦੀ ਦਾ ਮੈਨੂੰ ਚੇਤਾ ਭੁੱਲ ਗਿਆ ਆਧਾਰ ਕਾਰਡ ਤੇ ਉਮਰ ਸਹੁਰੇ ਮੇਰੇ ਪੇਕੇ ਤੁਰੇ ਆਉਂਦੇ ਆ ਮੇਰਾ ਨਾਂ ਜੰਮੂ ਸਿੰਘ ਹੈ ਜੀ ਮੇਰਾ ਬੱਚਾ ਜੀ ਇਹ ਨਾ ਜੀ ਆਲੇ ਘਰ ਵਾਲੀ ਨੇ ਸਹੁਰਿਆਂ ਨੇ ਸੱਦਿਆ ਵੀ ਉੱਥੇ ਆ ਜਾ ਉੱਥੇ ਤੈਨੂੰ ਕੁੜੀ ਤੋਰ ਦਿੰਦੇ ਆ ਇਹ ਉੱਥੇ ਨੂੰ ਸੱਦ ਲਿਆ ਉਹਨਾਂ ਨੇ ਇਹਨੂੰ ਸੱਦ ਲਿਆ ਲੀੜੇ ਬੰਨ ਕੇ ਲੈ ਗਿਆ ਜਾਂਦਾ ਨਾ ਨਾ ਆਈ ਮੇਰੇ ਤੋਂ ਨਹੀਂ ਰਿਹਾ ਜਾਂਦਾ ਜੇ ਨਾ ਆਈ ਤਾਂ ਮੈਂ ਉੱਥੇ ਰਹਿ ਦਾਂਗਾ ਲੀੜਿਆਂ ਦਾ ਬੈਗ ਇਹਨਾਂ ਦੇ ਘਰੇ ਪਿਆ ਹੈ ਉਹ ਮੇਰੇ ਕੋਲ ਉੱਥੇ ਲੈ ਗਈ ਉੱਥੇ ਜਾ ਕੇ ਨਾ ਮਾਰਤਾ ਕੁੱਟਤਾ ਪਤਾ ਨਹੀਂ ਕੀ ਕੀਤਾ ਮੈਨੂੰ ਨਹੀਂ ਪਤਾ ਕੁੱਟ ਕੁੱਟ ਕੇ ਮਾਰਤਾ ਹਾਂ ਮੇਰੇ ਸਿਰ ਦੇ ਸੱਟਾਂ ਆਏ ਮੈਂ ਬੜੀ ਥਾਂ ਤੇ ਗਿਆ ਮੈਨੂੰ ਕੋਈ ਹਸਪਤਾਲ ਨਹੀਂ ਮੇਰੀ ਗੱਲ ਸੁਣੀ ਸਰਕਾਰੀ ਹਸਪਤਾਲ ਵੀ ਨਹੀਂ ਹੱਥ ਲਾਇਆ ਪ੍ਰਾਈਵੇਟ ਤੇ ਗਿਆ ਮੇਰਾ 2 ਲੱਖ ਰੁਪਈਆ ਹੈਗਾ ਮੇਰੇ ਕੋਲ ਮਿਲਾਤਾ ਮੇਰੇ ਕੋਲ ਕੁਛ ਨਹੀਂ ਹੈਗਾ ਹਸਪਤਾਲ ਮੈਂ ਗਰੀਬ ਆਦਮੀ ਮੇਰੇ ਕੋਲ ਕੁਛ ਨਹੀਂ ਹਾਂਜੀ ਹਾਂਜੀ ਘਰੇਲੂ ਕੰਮ ਵਾਲਾ ਹਾਂਜੀ ਹਾਂਜੀ ਪਹਿਲਾਂ ਵੀ ਇਹਨਾਂ ਦਾ ਲੜਕੇ ਆਈ ਸੀ ਉਹ ਜਿਵੇਂ ਆਈ ਸੀ ਉਹ ਮੀਟਿੰਗ ਕੀ ਆਉਂਦਾ ਹੈ ਕੋਰਟ ਮੈਰਿਜ ਕਰਾਈ ਸੀ ਹਾਂ ਉਹ ਕੁੜੀ ਨੇ ਲਿਖਿਆ ਸੀ ਵੀ ਮੇਰੇ ਆਹ ਮੇਰੇ ਦੁਸ਼ਮਣ ਨੇ ਉਹ ਮੈਂ ਨਾਲ ਬਿਆਨ ਲਾ ਦਿੱਤੇ ਨੇ ਉਹ ਕੁੜੀ ਦੇ ਉੱਥੇ ਬਿਆਨ ਲਾ ਦਿੱਤੇ ਨੇ ਮੈਂ ਕੁੜੀ ਦੇ ਜਿਹੜੀ ਉਹਨੇ ਲਿਖੇ ਸੀ ਹਾਂਜੀ ਕੁੱਟ ਕੁੱਟ ਕੇ ਮਾਰਿਆ ਸੀ ਬਾਅਦ 'ਚ ਕੋਠੇ ਤਾਂ ਸਿੱਟਾ ਮੈਨੂੰ ਨਹੀਂ ਪਤਾ ਜੀ ਬਾਅਦ ਪੁਲਿਸ ਨੂੰ ਵਾਧੂ ਦਿੱਤੀਆਂ ਜੀ ਅਜੇ ਤੱਕ ਕੋਈ ਨਹੀਂ ਹੋਈ ਮੇਰੀ ਉਹਨੇ ਲੈ ਲੂ ਲਿਆ ਹਾਂਜੀ ਨਹੀਂ ਇੱਧਰ ਲੱਗਦਾ ਕੁਲਗੜੀ ਵੀ ਲੱਗਦਾ ਜੀ ਕੁਲਗੜੀ ਵੀ 2 ਵਾਰੀ ਗਿਆ ਮੇਰੀ ਕੁਲਗੜੀ ਵੀ ਨਹੀਂ ਸੁਣੀ ਮੇਰੀ ਹੁਣ ਫਾਜ਼ਿਲ ਕਿਆ ਜਲਾਲਾਬਾਦ ਗਏ ਉੱਥੇ ਉਹ ਦੇ ਦੀ ਡੈਥ ਹੋਈ ਹੈ ਉੱਥੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਹਾਂ ਉੱਥੇ ਲੈ ਗਏ ਲਿਖ ਲੂ ਲੈ ਗਏ ਮੈਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਹਾਂਜੀ ਹਾਂਜੀ ਮੇਰੀ ਕਾਰਵਾਈ ਹੋਣੀ ਚਾਹੀਦੀ ਮੈਨੂੰ ਨਿਸਾਰ ਵੀ ਮਿਲਣਾ ਚਾਹੀਦਾ ਗਰੀਬ ਆਦਮੀ ਧਰਨਾ ਲੱਗਾ ਸੀ ਕੀ ਮਾਮਲਾ ਸੀ ਔਰ ਕੀ ਵਿਸ਼ਵਾਸ ਦਿੱਤਾ ਗਿਆ ਇਹ ਬੁੱਕਣ ਵਾਲਾ ਪਿੰਡ ਦਾ ਇੱਕ ਪਾਰਟੀ ਆ ਇਹਨਾਂ ਦਾ ਬੇਟਾ ਲਖਜਿੰਦਰ ਸਿੰਘ ਆਪਦੀ ਮਾਸੀ ਸੱਸ ਕੋਲ ਗਿਆ ਸੀ ਜਲਾਲਾਬਾਦ ਉੱਥੇ ਉਹਦੀ ਡੈਥ ਹੋਈ ਆ ਇਹਨਾਂ ਨੂੰ ਡਾਊਟ ਆ ਵੀ ਉਹਦੇ ਸਹੁਰੇ ਪਰਿਵਾਰ ਨੇ ਜਿਹੜਾ ਉਹਨੂੰ ਮਾਰ ਦਿੱਤਾ ਇਹਦੇ ਸੰਬੰਧ ਵਿੱਚ ਇਹਨਾਂ ਦੇ ਸਹੁਰੇ ਪਰਿਵਾਰ ਦੇ ਖਿਲਾਫ਼ ਇਹਦੀ ਪਤਨੀ ਦੇ ਖਿਲਾਫ਼ ਜਿਹੜਾ ਮ੍ਰਿਤਕ ਆ ਮੁਕੱਦਮਾ ਨੰਬਰ 143 16/8/2023 ਨੂੰ ਅਧੀਨ ਧਾਰਾ 306(34) IPC ਜਲਾਲਾਬਾਦ ਸਿਟੀ ਦਰਜ ਹੈ ਅਤੇ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਵੀ ਜੋ ਪੁਲਿਸ ਕਾਰਵਾਈ ਹੈ ਉਹ ਆਲਰੇਡੀ ਹੋ ਚੁੱਕੀ ਆ ਜਿਵੇਂ ਰਹੇਗੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਗੱਲ ਉਹ ਪੁਲਿਸ ਲੱਗੀ ਹੋਏਗੀ ਆਪਣੇ ਹਿਸਾਬ ਨਾਲ ਨਹੀਂ ਤਾਂ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਇਹਨਾਂ ਜਿਹੜੇ ਦੋਸ਼ੀ ਹੈ ਜਿੱਥੋਂ ਦੇ ਵੀ ਆ ਉਹਨਾਂ ਨੂੰ ਫੜਾਉਣ ਦੇ ਵਿੱਚ ਸਹਿਯੋਗ ਕਰਾਂਗੇ ਹੋਰ ਪਰਿਵਾਰ ਨੇ ਜਿਹੜੀ ਡੈਡ ਬੋਡੀ ਸੜਕ ਤੋਂ ਹਾਂਜੀ 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 ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ Subscribe to our YouTube channel News DNN by clicking the bell icon. Don't forget to like, comment and share.